ਅਸਲਾਮ ਵਾਲੇਕਮ ਸਿਆਸੀ ਦੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੇ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਆ ਤੇ ਮਿਠਾ ਜੀ ਆਡੀਓ ਲੀਕਾਂ ਦਾ ਜ਼ਮਾਨਾ ਉਧਰੋਂ ਬੰਦਿਆਲ ਦੀ ਸੱਤ ਫੜੀ ਜਾਂਦੀ ਆ ਔਰ ਉਸ ਤੋਂ ਬਾਅਦ ਉਹਦੀ ਸੈਲੀ ਨਾਲ ਰਾਫਿਆ ਉਹ ਫੜੀ ਜਾਂਦੀ ਏ ਅੱਗੋਂ ਫਿਰ ਜਨਾਬ ਅਗਲੇ ਦਿਨ ਸਾਕਬ ਅਨਸਾਰ ਫੜਿਆ ਜਾਂਦਾ ਔਰ ਖਾਜਾ ਤਾਰਿਕ ਰਹੀਮ ਜਿਹੜਾ ਉਹ ਫੜਿਆ ਜਾਂਦਾ ਔਰ ਹਕੂਮਤ ਜਿਹੜੀ ਉਹ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਹੀ ਪਤਾ ਨਹੀਂ ਇਹ ਅੰਦਰ ਬੈ ਕੇ ਕੋਈ ਐਸੇ ਖੁਫੀਆ ਮਨਸੂਬੇ ਬਣਾ ਕੇ ਬੈਠੇ ਹੋਣਗੇ ਜ਼ੈਰੀ ਗੱਲ ਹੱਥਾਂ ਤੇ ਹੱਥ ਾਰ ਕੇ ਤ ਨਹੀਂ ਨਾ ਬੈਠੇ ਕੋਈ ਨਾ ਕੋਈ ਅੰਦਰ ਖਿਚੜੀ ਤੇ ਪਕਾ ਰਹੇ ਹੋਣਗੇ ਨਾ ਹਕੂਮਤ ਵਾਲੇ ਵੀ ਲੇਕਿਨ ਉਧਰੋਂ ਮਤਲਬ ਸਾਰੇ ਪਲਾਨ ਜਿਹੜੇ ਨੇ ਉਹ ਲੀਕ ਹੋ ਰਹੇ ਨੇ ਕਿ ਉਹ ਕੀ ਕੀ ਪਲਾਨ ਕਰਕੇ ਬੈਠੇ ਨੇ ਔਰ ਮੈਂ ਉਹ ਮਿੱਠੇ ਜਿਹੜੇ ਇਹ ਆਡੀਓ ਲੀਕਾਂ ਕਰ ਰਹੇ ਨੇ ਉਹਨਾਂ ਨੂੰ ਸਲਾਮ ਪੇਸ਼ ਕਰਨਾ ਕਿ ਚਲੋ ਤੁਸੀਂ ਤੇ ਆਪਣਾ ਫਰਜ਼ ਆਪਣੇ ਵਤਨ ਆਸਤੇ ਨਿਭਾ ਰਹੇ ਹੋ ਪਰ ਹਕੂਮਤ ਜਿਹੜੀ ਉਹ ਬਿਲਕੁਲ ਜਿਹੜੀ ਚੁੱਪੋਕ ਬੈਠੀ ਹੈ ਤੇ ਰਾਣਾ ਸਨਾਵਲੋ ਸਭ ਜਾਗੋ ਜਾਗੋ ਆਪਣੇ ਵਤਨ ਦੀ ਖਾਤਰ ਆਪਣੀ ਆਵਾਮ ਦੀ ਖਾਤਰ ਜਾਗੋ ਔਰ ਇਹ ਕਿਰਦਾਰ ਗ੍ਰਿਫਤਾਰ ਕਰੋ ਜਿੰਨਾਂ ਦੀ ਆਡੀਓ ਆ ਰਹੀ ਹੈ। ਅਗਰ ਨਹੀਂ ਹੁੰਦਾ ਤਾਂ ਸਾਨੂੰ ਕੋ ਦੋਸਤ ਚਾਰਜੀ ਦੇ ਦੇਓ। ਅਸੀਂ ਤੁਹਾਨੂੰ ਮਤਲਬ ਫੜ ਕੇ ਬੰਦੇ ਵਹਾ ਦੇਣੇ ਆ ਔਰ ਨਾਮੋ ਨਿਸ਼ਾਨ ਮਿਟਾ ਕੇ ਵਹਾ ਦੇਣੇ ਐ ਐਸੀ ਕਿਹੜੀ ਬਾਤ ਰਾਣਾ ਸਾਹਿਬ ਸਾਡਾ ਤਾਂ ਕੋਈ ਉਥੇ ਨਾ ਸਾਨੂੰ ਕੋ ਲਾਲਚ ਹੈ ਨਾ ਸਾਡਾ ਉਥੇ ਕੋਈ ਲੈਣ ਦੇ ਨੇ ਅਸਾਂ ਤੇ ਕੰਮ ਕਰਨਾ ਹੈ ਜਾਣਾ ਕੰਮ ਕਰਨਾ ਵਾਪਸ ਟਿਕਟ ਫੜ ਕੇ ਤੇ ਪਿੱਛਾ ਗੱਲ ਖਤਮ ਮੁੱਦਾ ਵੀ ਸਾਫ਼ ਤੇ ਸਾਰਾ ਕੰਮ ਸਾਫ਼ ਤੇ ਰੌਲਾ ਵੀ ਗਿਆ ਤੇ ਹਰ ਸ਼ਾਇਸੀ ਖਤਮ ਕਰਨੀ ਹੈ ਲੇਕਿਨ ਸਾਨੂੰ ਕੌਣ ਦਿੰਦਾ ਚਾਰਜ ਠੀਕ ਹੈ ਨਾ ਜੀ ਅੱਛਾ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਚੁੱਕਿਆ ਦੋ ਜੱਜਾਂ ਨੂੰ ਭੰਸੀ ਤੇ ਦੋ ਜਰਨੈਲਾਂ ਦਾ ਕੋਰਟ ਮਾਰਸ਼ਲ ਇਹਦੇ ਤੇ ਗੱਲ ਕਰਨੇ ਆ ਆਰ ਜਾਂ ਪਾਰ ਹਕੂਮਤ ਦਾ ਵੱਡਾ ਫੈਸਲਾ ਬੰਦਿਆਲ ਪਿੱਛੇ ਤੇ ਸੱਸ ਅਗਾ ਨਿਕਲ ਗਈ ਮਤਲਬ ਕਿ ਟਾਂਗਾ ਪਿੱਛੇ ਆ ਤੇ ਘੋੜਾ ਅਗਾ ਨਿਕਲ ਗਿਆ ਘੋੜੀ ਅਗਾ ਨਿਕਲ ਗਈ ਇੰਨੀ ਤਤੀ ਹੋਈ ਪਈ ਬੰਦਿਆਲ ਦੀ ਸੱਸ ਯਕੀਨ ਕਰੋ ਸ਼ਾਲਾ ਕਿਸੇ ਨੂੰ ਇੰਦੀ ਕੋਈ ਸੱਸ ਨਾ ਤਾ ਕਰਿਆ ਅੱਲਾ ਮਤਲਬ ਕਿ ਬੜੀ ਹੀ ਕੋਈ ਮਤਲਬ ਕਿ ਲੱਠੀ ਸੱਸਾ ਠੀਕ ਹੈ ਨਾ ਜੀ ਤੇ ਇਹ ਇਹ ਤੇ ਗੱਲ ਕਰਨੇ ਆ ਦੋ ਜੱਜਾਂ ਨੂੰ ਫਾਂਸੀ ਤੇ ਦੋ ਜਰਨੈਲਾਂ ਦਾ ਕੋਰਟ ਮਾਰਸ਼ਲ ਹਕੂਮਤ ਜਿਹੜੀ ਇਹ ਕੋਈ ਏਡੀਪੀ ਚੁੱਕ ਕਰਕੇ ਨਹੀਂ ਬੈਠੀ ਅਸੀਂ ਤੇ ਚਲੋ تنقید ਕਰਨੀ ਹੁੰਦੀ ਨਾ ਕਿ ਜ਼ਰਾ ਸਪੀਡ ਫੜੋ ਕਿਉਂਕਿ عوام ਜਿਹੜੀ ਉਹ ਨਤੀਜਾ ਚਾਹੁੰਦੀ ਹੈ ਲੇਕਿਨ ਜਿਹੜੀਆਂ ਖਬਰਾਂ ਅੰਦਰੋਂ ਆ ਰਹੀਆਂ ਮਬਈਨਾ ਤੌਰ ਤੇ ਬੇ ਦੋ ਤਰੇ ਜੱਜ ਨੇ ਤੇ ਦੋ ਦੇ ਕਰੀਬ ਕੋਈ ਜਰਨਲ ਨੇ ਸਾਫ ਕਾ ਜਿਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ ਕੋਈ ਬੜੇ ਗਨੌਣੇ ਜੁਰਾਇਮ ਕੀਤੇ ਹਨ ਡਾਢੇ ਜੁਰਾਇਮ ਕੀਤੇ ਹਨ ਤੁਹਾਡੀ ਸੋਚ ਤੋਂ ਵੱਡੇ ਜੁਰਾਇਮ ਕੀਤੇ ਨੇ ਅਜੇ ਤੱਕ ਕੁਝ ਐਵੇਂ ਹੋ ਸਕਦਾ ਹੈ ਚੁੰਗਈ ਬਾਹਰ ਆਇਆ ਨਾ ਇਹ ਚੀਜ਼ਾਂ ਸ਼ੁਕਰ ਹੈ ਚਲੋ ਚੰਗਈ ਬਾਹਰ ਆ ਗਿਆ ਵਰਨਾ ਇਹ ਤੇ 50 50 ਸਾਲ ਲੱਗ ਜਾਂਦੇ ਨੇ ਤੇ ਪਤਾ ਨਹੀਂ ਲੱਗਦਾ ਬਈ ਫਲਾਣਾ ਉਦੋਂ ਕੀ ਪਾਕਿਸਤਾਨ ਦੀ ਕਿਵੇਂ ਕਰਕੇ ਠੋਕ ਗਿਆ ਸੀ ਪਤਾ ਨਹੀਂ ਲੱਗਦਾ ਨਾਈ ਕਿਤਾਬਾਂ ਚ ਲਿਖਾਇਆ ਜਾਂਦਾ ਠੀਕ ਹੈ ਨਾ ਜੀ ਇਹ ਹੁਣ ਜਿਹੜੀ ਖਬਰ ਸਾਡੇ ਕੋਲ ਆ ਰਹੀ ਹੈ ਇਤਲਾ ਆ ਰਹੀ ਹੈ ਮੁੰਬਈ ਨਾਲ ਤੌਰ ਤੇ ਮੈਂ ਦੋ ਜੱਜਾਂ ਨੂੰ ਫਾਹ ਲਾਣ ਦੇ ਬਾਰੇ ਸੋਚਿਆ ਜਾ ਰਿਹਾ ਹੈ ਇਹ ਹੁਣ ਦੋ ਜੱਜ ਜਿਹੜੇ ਨੇ ਇਹਨਾਂ ਚੋਂ ਇੱਕ ਤੇ ਹੈ ਸਾਕਬ ਅਨਸਾਰ ਤੇ ਦੂਸਰਾ ਜੱਜ ਜਿਹੜਾ ਉਹ ਫਿਰ ਬੰਦਿਆਲ ਹੋ ਸਕਦਾ ਕਿਉਂਕਿ ਸਾਖਬ ਅਨਸਾਰ ਨੇ ਵੀ ਆئین ਤੋੜਿਆ ਡੈਮ ਫੰਡ ਦੇ ਨਾਂ ਤੇ ਡੈਮ ਬਣਾਇਆ ਫੰਡ ਬਣਾਇਆ ਡੈਮ ਦੇ ਨਾਂ ਤੇ 16 ਅਰਬ ਰੁਪਇਆ ਉਹਦਾ ਖਾਦਾ ਔਰ ਉਸ ਤੋਂ ਬਾਅਦ ਹੋਰ ਆئین ਔਰ ਕਾਨੂੰਨ ਦੀਆਂ ਤੱਚੀਆਂ ਬੁਖੇਰੀਆਂ ਔਰ ਆئین ਨੂੰ ਆਪਣੇ ਅੰਦਾਜ਼ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਔਰ ਲਿਖਿਆ ਔਰ ਪਾਕਿਸਤਾਨ ਦੀ ਅੱਜ ਜਿਹੜੀ ਬਰਬਾਦੀ ਔਰ ਤਬਾਹੀ ਹੈ ਉਹਦਾ ਇੱਕ ਸਬਬ ਜਿਹੜਾ ਉਹ ਸਾਕਬ ਨਸਾਰ ਵੀ ਹੈ ਇੱਕ ਤੇ ਹੋ ਗਿਆ ਇਹ ਜੱਜ ਜਿਹਦੇ ਬਾਰੇ ਸਾਨੂੰ ਅਤਲਾ ਆ ਰਹੀ ਹੈ ਬਸ ਸਾਕਬ ਨਸਾਰ ਨੂੰ ਫਾਂਸੀ ਮਤਲਬ ਕੇਸ ਚੱਲੇਗਾ ਗ੍ਰਿਫਤਾਰੀ ਹੋਏਗੀ ਉਸ ਤੋਂ ਬਾਅਦ ਆਰਟੀਕਲ 6 ਦਾ ਪਰਚਾ ਦਰਜ ਹੋਏਗਾ ਔਰ ਉਸ ਤੋਂ ਬਾਅਦ ਸਪੈਸ਼ਲ ਜਿਹੜੀ ਉਹ ਅਦਾਲਤ ਹੁੰਦੀ ਹੈ ਜਿੱਥੇ ਉਹਨਾਂ ਉਹ ਕਪੜਾ ਚੜਾਇਆ ਹੁੰਦਾ ਮੂੰਹ ਤੇ ਜੱਜਾਂ ਨੇ ਉਹਨਾਂ ਨੇ ਫੈਸਲਾ ਕਰਨਾ ਸਪੈਸ਼ਲ ਜਿਹੜੀ ਅਦਾਲਤ ਹੁੰਦੀ ਹੈ ਠੀਕ ਹੈ ਨਾ ਉਹ ਜਿਹਦੇ ਵਿੱਚੋਂ ਮੁਸ਼ਰਫ ਨੂੰ ਉਹਨਾਂ ਕਹਿਆ ਸੀ ਬੈਨ ਨੂੰ ਡੀ ਚੌਕਲ ਜਾ ਕੇ ਤੇ 70 ਵਾਰੀ ਉਥਾਂ ਚੜੋ। ਰੋਸ ਤੋਂ ਬਾਅਦ ਉਹ ਕਮਾਂਡੋ ਦਾ ਮੂਤਰ ਨਿਕਲ ਗਿਆ ਤੇ ਉੱਥੇ ਹੀ ਫਿਰ ਉਹ ਅਗਾਂ ਨਿਕਲ ਗਿਆ ਜ਼ਮਾਨ پارک ਨਿਕਲ ਗਿਆ। ਜ਼ਮਾਨ پارک ਵੀ ਤੇ ਇੱਕ ਉਹੀ ਚੀਜ਼ ਹੈ ਨਾ। ਠੀਕ ਹੈ ਨਾ ਜੀ। ਤੇ ਇਹ ਦੋਹ ਜੱਜਾਂ ਦੇ ਬਾਰੇ ਖਬਰ ਆ ਰਹੀ ਹੈ ਬਿ ਇਨਾਂ ਨੂੰ ਫਾਂਸੀ ਦਾ ਪ੍ਰੋਗਰਾਮ ਜਿਹੜਾ ਉਹ ਬਣ ਚੁੱਕਿਆ। ਮੈਂ ਗੱਲ ਸਿੱਧੀ ਔਰ ਸਾਦਾ ਕਰਨਾ ਹੁੰਨਾ ਇਹਦੇ 'ਚ ਕੋਈ ਲਗੀ ਲਿਪਟੀ ਨਹੀਂ। ਇਹ ਸਾਡੇ ਇਹ ਸਾਡੀ ਖਾਸ਼ ਵੀ ਹੈ। ਔਰ ਇਹ ਪਾਕਿਸਤਾਨ ਦੀ ਸਲਾਮਤੀ ਦੀ ਜ਼ਮਾਨਤ ਵੀ ਹੈ ਦੇਖੋ ਨਾ ਅਗਰ ਤੁਸੀਂ ਸਾਕਬ ਅਨਸਾਰ ਨੂੰ ਗ੍ਰਿਫਤਾਰ ਨਹੀਂ ਕਰਦੇ ਉਹਦੇ ਤੇ ਆਰਟੀਕਲ 6 ਨਹੀਂ ਲਾਂਦੇ ਉਹਨੂੰ ਮੁਸ਼ਰਫ ਕੋਲ ਨਹੀਂ ਪਹੁੰਚਾਉਂਦੇ ਤੇ ਫਿਰ ਪਾਕਿਸਤਾਨ ਅਗਾਹਤ ਨਾ ਨਾ ਗਿਆ ਪਿਛੇ ਹੀ ਗਿਆ ਨਾ ਜੀ ਔਰ ਇਹਦੇ ਨਾਲ ਬੰਦਿਆਲ ਕਿਉਂਕਿ ਬੰਦਿਆਲ ਨੇ ਜਿਹੜਾ ਆਰਟੀਕਲ 63A ਦਾ ਫੈਸਲਾ ਕੀਤਾ ਸੀ ਉਹ ਪ੍ਰਵੇਜ਼ ਲਈ ਵਾਲਾ ਉਹ ਸਰਾਸਰ ਆئین ਦੇ ਨਾਲ ਗਦਾਰੀ ਸੀ 3 ارب ਰੁਪਇਆ ਕੈਸ਼ ਲੈ ਕੇ ਮਲਕ ریاض ਔਰ ਗੋਗੀ ਕੋਲੋਂ ਫੈਜ਼ ਉਮੀਦ ਦੀ ਮੌਜੂਦਗੀ ਔਰ ਬਾਜਵੇ ਦੀ ਮੌਜੂਦਗੀ ਦੇ ਵਿੱਚ 3 ارب ਰੁਪਇਆ ਕੋਰੇ ਨੋਟ ਕੋਰੇ ਖੜਖੜ ਕਰਦੇ ਸੀ ਨੋਟ ਉਹ ਲੈ ਕੇ ਤੇ ਪ੍ਰਵੇਜ਼ ਲਾਇ ਨੂੰ ਅਦਾਲਤੀ ਹੁਕਮ ਦੇ ਜ਼ਰੀਏ ਬਗੈਰ ਅਸੈਂਬਲੀ ਦੇ ਵਿੱਚ ਇਲੈਕਸ਼ਨ ਕਰਾਇਓ ਉਹਨੂੰ ਵਜ਼ੀਰ ਇਲਾ ਬਣਾ ਦਿੱਤਾ ਯਾਨੀ ਆਇਨੇ ਪਾਕਿਸਤਾਨ ਦੇ ਉੱਤੇ ਬੰਦਿਆਲ ਆਇਨ ਲਿਖ ਦਿੱਤਾ ਤੇ আইন ਦੇ ਨਾਲ ਗੱਦਾਰੀ ਦੀ ਸਜ਼ਾ ਕੀ ਹੈ ਥਾ ਤੇ ਇਹ ਜਿਹੜੇ ਦੋ ਜੱਜ ਨੇ ਨਾ ਇਹਨਾਂ ਦੇ ਬਾਰੇ ਇਤਲਾਹ ਆ ਰਹੀ ਹੈ ਨੇ ਕਿ ਇਹਨਾਂ ਦੋਹਾਂ ਤੇ ਆਰਟੀਕਲ 6 ਲਾ ਕੇ ਤੇ ਇਹਨਾਂ ਨੂੰ ਮੁਸ਼ਰਫ ਦੇ ਕੋਲ ਕਰਨਾ ਹੈ ਬੜੀ ਹੱੱਚੀ ਗੱਲ ਹੈ ਅਗਰ ਇਹ ਜਿਹੜੀ ਇਤਲਾਹ ਸਾਡੇ ਕੋਲ ਆ ਰਹੀ ਹੈ ਅਗਰ ਇਹ ਠੀਕ ਹੈ ਨਾ ਤੇ ਬਹੁਤ ਅੱਛੀ ਗੱਲ ਹੈ ਇਹ ਪਹਿਲੇ ਹੋ ਜਾਣਾ ਚਾਹੀਦਾ ਸੀ ਹਬ ਤੁਸੀਂ ਪਰੇਸ਼ਾਨ ਕਿਹੜੀ ਗੱਲ ਤੋਂ ਕਿ ਹਕੂਮਤ ਚਲੀ ਜਾਏਗੀ ਹਕੂਮਤ ਅੱਗੇ ਥੋੜੀਆਂ ਕੀਤੀਆਂ ਇਹ ਕਈ ਵਾਰੀ ਆਈ ਤੇ ਕਈ ਵਾਰੀ ਗਈ ਇੱਕ ਤੁਹਾਡੇ ਨਾਮ ਲੱਗ ਗਈ ਹੈ ਹਕੂਮਤ ਰਾਣਾ ਜੀ ਜਿਹੜੇ ਕੰਮ ਕਰਨ ਵਾਲੇ ਨੇ ਜਿਹਦੇ ਵਿੱਚ ਤਾਰੀਖ ਬੰਨੀ ਹੈ ਉਹ ਕੰਮ ਕਰੋ ਤਾਰੀਖ ਕੀ ਬੰਦੀ ਹੈ ਤਾਰੀਖ ਕੀ ਮੰਗਦੀ ਹੈ ਕੌਮ ਕੀ ਮੰਗਦੀ ਹੈ ਕੌਮ ਮੰਗਦੀ ਹੈ ਕਿ ਇਹ ਜਿਹੜੇ ਵਤਨ ਫਰੋਸ਼ ਆਇਨ ਦੇ ਨਾਲ ਕਲਵਾੜ ਕਰਨ ਵਾਲੇ ਕਿਰਦਾਰ ਨੇ ਇਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਇਆ ਜੇ ਹਕੂਮਤ ਆਣੀ ਜਾਣੀ ਚੀਜ਼ ਹੈ ਰਾਣਾ ਸਾਹਿਬ ਰ ਹਕੂਮਤ ਸਾਹਿਬ ਪੀ ਡੀ ਐਮ ਸਾਹਿਬ ਤਾਰੀਖ ਰਕਮ ਕਰੋ ਪੁੱਟੋ ਤਾਰੀਖ ਰਕਮ ਕਰ ਗਿਆ ਐਟਮੀ ਪ੍ਰੋਗਰਾਮ ਦੀ ਨਵਾਜ਼ ਸ਼ਰੀਫ ਧਮਾਕੇ ਕਰਕੇ ਤਾਰੀਖ ਰਕਮ ਕਰ ਗਿਆ ਕਿਆਮਤ ਤੱਕ ਇਹਨਾਂ ਦੋ ਲੋਕਾਂ ਨੂੰ ਲੋਕਾਂ ਨੇ ਯਾਦ ਕਰਨਾ ਹੈ ਕਿਆਮਤ ਤੱਕ ਤੇ ਤੁਸੀਂ ਵੀ ਕੋਈ ਤਾਰੀਖ ਰਕਮ ਕਰ ਲ ਪੀ ਡੀ ਐਮ ਵਾਲਿਓ ਇਹ ਦੋ ਬੰਦੇ ਉਧਾਂ ਛਾੜ ਕੇ ਤਾਰੀਖ ਕਿਉਂ ਨਹੀਂ ਬਣਾਉਂਦੇ ਮੌਕਾ ਵੀ ਹੈ ਮਹੱਲ ਵੀ ਹੈ ਅੱਗੇ ਆਜੋ ਦੋ ਜਰਨੈਲਾਂ ਨੂੰ ਉਤਾਂ ਚੜਨ ਦਾ ਫੈਸਲਾ ਇਹ ਵੀ ਖਬਰ ਆ ਰਹੀ ਬਾਜਵਾ ਔਰ ਫੈਜ਼ ਉਮੀਦ ਮਾਦਰਤ ਬਾਜਵਾ ਸਾਹਿਬ ਤੁਸੀਂ ਜੱਟ ਭਰਾ ਹੋ ਲੇਕਿਨ ਜਿਹੜੇ ਤੁਹਾਡੇ ਕਰਤੂਤ ਨੇ ਇਹ ਇਹਨਾਂ 'ਚ ਬੜਾ ਬੜੀ ਗੜਬੜ ਹੈ ਬੜੀ ਹੀ ਗੜਬੜ ਹੈ ਬਾਜਵਾ ਸਾਹਿਬ ਇੱਜ਼ਤ ਇੱਜ਼ਤ-ਇਹਤਰਾਮ ਆਪਣੀ ਥਾਂ ਤੇ ਲੇਕਿਨ ਪਾਕਿਸਤਾਨ ਪਹਿਲੇ ਮੇਰੀ ਮਿੱਟੀ ਧਰਤੀ ਸਭ ਤੋਂ ਪਹਿਲੇ ਕਈ ਬਾਜਵੇ ਆਏ ਤੇ ਕਈ ਬਾਜਵੇ ਗਏ ਸਭ ਵਜੋਂ ਕੁਰਬਾਨ ਇਸ ਮਿੱਟੀ ਤੇ ਇਸ ਧਰਤੀ ਤੇ ਜਿਹੜੀ ਖਬਰ ਆ ਰਹੀ ਹੈ ਇਹ ਦੋ ਜਰਨੈਲ ਜਿਹੜੇ ਨੇ ਇਹਨਾਂ ਦਾ ਕੋਰਟ ਮਾਰਸ਼ਲ ਵੀ ਹੋਣਾ ਚਾਹੀਦਾ ਔਰ ਮੈਂ ਸ਼ਹਿਰਾਂ ਨੂੰ ਵੱਡਿਆਂ ਨੂੰ ਸਲਾਮ ਪੇਸ਼ ਕਰਨਾ ਅੱਜ ਕੱਲ ਚਾਣਾ ਗਏ ਨੇ ਅੱਲਾ ਖੈਰ ਦੀ ਖਬਰ ਲੈ ਕੇ ਆਣ ਤੇ ਸਰ ਜੀ ਸ਼ੁਰੂ ਕਰੋ ਤਾਰੀਖ ਰਕਮ ਕਰੋ ਤੁਸੀਂ ਵੀ ਇਹ ਪਾਕਿਸਤਾਨ ਦੀ ਬਕਾਦ ਦਾ ਮਾਮਲਾ ਹੈ ਜੱਜਾਂ ਤੇ ਹਕੂਮਤ ਜਿਹੜੀ ਆ ਇਹ ਦੋ ਜੱਜ ਜਿਹੜੇ ਨੇ ਬੰਦਿਆਲ ਔਰ ਸਾਕਬ ਅਨਸਾਰ ਇਹਨਾਂ ਤੇ ਆਰਟੀਕਲ 6 ਦੀ ਉਹ ਸ਼ੁਰੂਆਤ ਕਰਨ ਤੁਸੀਂ ਆਪਣੇ ਅਦਾਰੇ ਦੇ ਵਿੱਚ ਇਹਨਾਂ ਦੋਆਂ ਦੇ ਕੋਰਟ ਮਾਰਸ਼ਲ ਦਾ ਸੌਦਾ ਜਿਹੜਾ ਇਹ ਸ਼ੁਰੂ ਕਰੋ ਤਾਰੀਖ ਰਕਮ ਕਰੋ ਇਹ ਮੁਲਕ ਹੁਣ ਤਾਰੀਖ ਰਕਮ ਮੰਗਦਾ ਹੈ ਇੱਕ ਕੁਰਬਾਨੀਆਂ ਮੰਗਦਾ ਹੈ ਇਹ ਵਕਤ ਮੰਗਦਾ ਹੈ ਹੁਣ ਇਹ ਚੀਜ਼ਾਂ ਤੇ ਮੁਲਕ ਨੇ ਅੱਗੇ ਚੱਲਣਾ ਕੁਝ ਸੁੱਖ ਦਾ ਸਾਹ ਜਿਹੜਾ ਉਹ ਅੱਗੇ ਆਣਾ ਤੇ ਇਹ ਦੋ ਜਿਹੜੀਆਂ ਨੇ ਨਾ ਇਹ ਖਬਰਾਂ ਸਾਡੇ ਕੋਲ ਆ ਰਹੀਆਂ ਨੇ ਮਬਈਨਾ ਤੌਰ ਤੇ ਕਿ ਐਸ ਪਾਸੇ ਗੱਲ ਜਾਂਦੀ ਨਜ਼ਰ ਆਂਦੀ ਹੈ ਔਰ ਮੈਂ ਤੁਹਾਨੂੰ ਯਕੀਨ ਦਲਾਨਾ ਦਾਦ ਵੀ ਦੇਣੇ ਆ ਮੁਹੱਬਤ ਵੀ ਕਰਨੇ ਆ ਪਿਆਰ ਵੀ ਕਰਨੇ ਆ ਤੁਹਾਡੀ ਜੰਗ ਵੀ ਲੜ ਰਹੇ ਆ ਆਪਣੇ ਵਤਨ ਆਸਤੇ ਵੀ ਲੜ ਰਹੇ ਆ ਅਗਰ ਇਹ ਗੱਲ ਕਿਦਰੇ ਤੁਸੀਂ ਕਰ ਰਹੇ ਹੋ ਤੇ ਸ਼ੁਰੂਆਤ ਕਰੋ ਅਗਾ ਟੋੜੋ ਗੱਲ ਇਸ ਤਲਾਵਾ ਮੁਲਕ ਅੱਗੇ ਨਹੀਂ ਜਾ ਸਕਦਾ ਮਿੱਠਾ ਜੀ ਠੀਕ ਹੈ ਨਾ ਅਗਲੀ ਖਬਰ ਤੇ ਆ ਜੋ ਬੰਦਿਆਲ ਪਿੱਛੇ ਤੇ ਸਾਸੂ ਮਾਂ ਅੱਗੇ ਨਿਕਲ ਗਈ ਉਹ ਚਾਲੂ ਮਾਈ 90 ਸਾਲਾਂ ਆਂਦੀ ਹਕੂਮਤ ਖਤਮ ਕਰਦੇ ਹੋ ਮਾਰਸ਼ਲ ਲਾ ਦਿਓ ਕੰਮ ਵਕਤ ਫੌਜੀ ਮਾਰਸ਼ਲ ਆ ਵੀ ਨਹੀਂ ਲਾਉਂਦੇ ਸਾਨੂੰ ਨਿਫ ਸ਼ਬਾਸ਼ ਸ਼ਰੀਫ ਚਾਹੀਦਾ ਸਾਨੂੰ ਇਮਰਾਨ ਖਾਨ ਚਾਹੀਦਾ ਬੰਦੇ ਆਲ ਜਿਹੜਾ ਉਹ ਛੁੱਟੀਆਂ ਮਨਾ ਰਿਹਾ Eid ਦੀਆਂ ਤੇ ਉਹ ਜਿਹੜੀ ਹੈ ਉਹ ਜੁੜੀ ਹੈ ਤੁਸੀਂ ਜਰਾ ਅੰਦਾਜ਼ਾ ਲਾ ਲਓ ਬੰਦੇ ਆਲ ਪਿੱਛੇ ਰਹਿ ਗਿਆ ਸੱਸ ਅਗਾ ਨਿਕਲ ਗਈ ਏਡੀ ਗਰਮ ਮਾਈ ਤੇ ਮੈਂ ਸਮਝ ਨਾ ਬੰਦੇ ਆਲ ਨੂੰ ਤੇ ਉਹਦੀ ਸੱਸ ਨੂੰ ਨਾਲ ਕਠੇ ਹੀ ਗ੍ਰਿਫਤਾਰ ਕਰੋ ਤਾਂ ਕਿ ਦੋਵੇਂ ਇੱਕ ਦੂਜੇ ਨੂੰ ਰੋਟੀ ਟੁੱਕਰ ਤੇ ਪਕਾ ਕੇ ਦੇਣ ਨਾ ਅੰਦਰ ਮਤਲਬ 90 95 ਸਾਲਾ ਬੁੱਢੜ ਮਾਈ ਉਹ ਕਹਿ ਰਹੀਏ ਕਿ ਬੰਦੇ ਦੀ ਅਸ਼ਬਾ ਸ਼ਰੀਫ ਦੀ ਹਕੂਮਤ ਖਤਮ ਕਰੋ ਬੰਦੇয়াল ਉਮਰ ਇਹਦੀ ਹੁਕਮ ਖਤਮ ਕਰ ਦੇ Imran Khan ਨੂੰ ਲਿਆ ਕੇ ਬਿਠਾ ਦੇ ਕਿਸ ਹੱਦ ਤੱਕ ਗੱਲ ਵੱਚੂਕੀ ਹੈ ਕੈਸੇ ਕੈਸੇ ਬਿਜ਼ਾਰ ਲੋਗ ਹਕੂਮਤ ਰਿਆਸਤ ਦੇ ਪੈਸਿਆਂ ਤੇ ਪਲਦੇ ਨੇ ਪਏ ਔਰ ਰਿਆਸਤ ਦੇ ਖਿਲਾਫ ਕੈਸੇ ਕੈਸੇ ਮਨਸੂਬੇ ਬਣਾ ਰਹੇ ਨੇ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਮੈਂ ਇਹ ਮਾਈ ਜਿਹੜੀ ਆ ਬੁੱਢੜ ਇਹ ਰਿਆਸਤ ਦਾ ਪੈਸੇ ਲੁੱਟ ਕੇ ਖਾ ਰਹੀ ਹੈ ਨਾ ਵੀ ਵੀ ਲੱਖ ਦੇ ਬਰਗ ਮੋਢਿਆਂ ਤੇ ਚੜੇ ਨੇ 95 ਸਾਲ ਦੀ ਉਮਰ ਤੇ ਵਿੱਚ ਵੀ ਤੇ ਇਹ عوام ਦਾ ਪੈਸਾ ਹੀ ਲੁੱਟਿਆ ਨਾ ਕਿਸਾਂ ਵਿੱਚੋਂ ਉਹ ਰਿਆਸਤ ਨੂੰ ਨਾਲ ਖਾਈ ਜਾਂਦੀ ਹੈ ਤੇ ਨਾਲ ਖਤਮ ਕੀਤੀ ਜਾਂਦੀ ਹੈ ਬੁੱਢੜ ਇਹ ਸੱਸ ਜਿਹੜੀ ਹੈ ਅਗਾ ਨਿਕਲ ਗਈ ਹੈ ਬੰਦਿਆਲੇ ਦੇ ਪਿੱਛੇ ਠੀਕ ਹੈ ਨਾ ਜੀ ਤੇ ਇਹ ਤਿੰਨ ਚਾਰ ਖਬਰਾਂ ਸੀ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰਨੀਆਂ ਸੀ ਅੱਲਾਹ ਕਰੇ ਕਿ ਜੋ ਅਸੀਂ ਤੁਹਾਨੂੰ ਦੱਸਿਆ ਇਹ ਦੇ ਮੁਤਾਬਕ ਕੀ ਅਮਲ ਜਿਹੜਾ ਉਹ ਹੋਵੇ ਤਾਂ ਕਿ ਮੁਲਕ ਜਿਹੜਾ ਮਿੱਠਾ ਜੀ ਅੱਗੇ ਵਧੇ ਬਹੁਤ ਸ਼ੁਕਰੀਆ